ਅੱਜ ਅਸੀਂ ਬਾਬਾ ਭੀਮਰਾਓ ਅਬੀਦਕਰ ਜੀ ਦੀ ਜਿਹੜੀ ਜਨਮ ਦਿਨ ਮਨਾ ਰਹੇ ਹਾਂ ਔਰ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਵੱਲੋਂ ਜੋ ਕਹਾਣਾ ਆਪਣੇ ਜੀਵਨ ਚ ਕਹਾ ਲਈ ਗਰੀਬ ਗੁਰਬੇ ਦੇ ਹੱਕ ਲਈ ਜੋ ਉਹਨਾਂ ਲੜਾਈ ਲੜੀ ਉਹ ਸਾਰੇ ਨੂੰ ਯਾਦ ਕਰਦੇ ਹੋਏ ਆ ਜੋ ਉਹਨਾਂ ਨੂੰ ਸਰਦਾ ਦੇ ਕੁਝ ਭੇਟ ਕੀਤੇ ਨੇ ਔਰ ਆਸ ਕਰਦੇ ਹਾਂ ਕਿ ਲੋਕ ਜਿਹੜੇ ਨੇ ਜਿਨ੍ਹਾਂ ਲਈ ਉਹਨਾਂ ਨੇ ਇਨਾ ਸੰਘਰਸ਼ ਕੀਤਾ ਉਹ ਉਹਨਾਂ ਦੇ ਪੁਰਨਿਆਂ ਤੇ ਚੱਲਣਗੇ ਆਪਣੇ ਹੱਕ ਲਈ ਆਪਣੇ ਜਿਹੜੇ ਹੱਕਾਂ ਲਈ ਉਹ ਲੜ ਕੇ ਔਰ ਹਰ ਇੱਕ ਤਰ੍ਹਾਂ ਦੀ ਮੁਸੀਬਤ ਚਲਦੇ ਹੋਏ ਉਹਨਾਂ ਨੂੰ ਉਹਨਾਂ ਦੇ ਪੂਰਨਿਆਂ ਤੇ ਚਲਦੇ ਰਹਿਣਗੇ ਔਰ ਜੋ ਵੀ ਸਮਾਜ ਦੇ ਵਿੱਚ ਜਿਹਨੇ ਦਬਲੇ ਕੁਚਲੇ ਲੋਕ ਨੇ ਜਿਨ੍ਹਾਂ ਨੂੰ ਅਜ ਤੱਕ ਜਿਹੜਾ ਜੋ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਿਆ ਉਹਦੇ ਲਈ ਉਹਨਾਂ ਤੋਂ ਪ੍ਰੇਰਨਾ ਸਰੋਤ ਲੈ ਕੇ ਲੜਦੇ ਰਹਿਣਗੇ ਔਰ ਇਸੇ ਆਸ ਦੇ ਨਾਲ ਅਸੀਂ ਉਹਨਾਂ ਨੂੰ ਅੱਜ ਯਾਦ ਕਰਨੇ ਉਹ ਸਾਰੇ ਜਿਹੜੇ ਇਹ ਖਲਕਤ ਨੂੰ ਸਾਰੇ ਇੰਡੀਆ ਨੂੰ ਸਾਰੇ ਜਿਹੜੇ ਭਾਰਤ ਵਾਸੀਆਂ ਨੂੰ ਇੱਕ ਇੱਕ ਇਹ ਉਹਨਾਂ ਨੂੰ ਸੰਦੇਸ਼ ਸੀ ਕਿ ਤੁਸੀਂ ਹਾਲਾਤ ਜੋ ਵੀ ਹੋਣ ਤੁਸੀਂ ਕਦੀ ਹੌਸਲਾ ਨਹੀਂ ਹਾਰਨਾ ਆਪਣੇ ਹੱਕ ਲਈ ਆਪਣੇ ਸੱਚ ਲਈ ਸਦਾ ਲੜਦੇ ਰਹਿਣਾ ਔਰ ਇਹੋ ਹੀ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਹੱਕ ਲਈ ਜਿੱਥੇ ਵੀ ਤੁਸੀਂ ਲੜ ਸਕਦੇ ਹੋ ਖੜ੍ਹ ਸਕਦੇ ਹੋ ਤੁਹਾਨੂੰ ਖੜ੍ਹਣਾ ਚਾਹੀਦਾ ਕਿੱਡੀ ਵੱਡੀ ਕੋਈ ਤਾਕਤ ਹੋਵੇ ਕਿੱਡਾ ਵੱਡਾ ਕੋਈ ਜਰਵਾਣਾ ਹੋਵੇ ਉਹਦੇ ਅੱਗੇ ਝੁਕਣਾ ਨਹੀਂ ਚਾਹੀਦਾ ਜੀ जयपी भारत ਦੇ ਆਜ਼ਾਦ ਭਾਰਤ ਦੇ ਕਾਨੂੰਨ ਤੇ ਨਿਆਂ ਮੰਤਰੀ ਜਿਨ੍ਹਾਂ ਨੇ ਸਾਡੇ ਭਾਰਤ ਦੇ ਸੰਵਿਧਾਨ ਨੂੰ ਬਣਾਇਆ ਅਤੇ ਦਬੇ ਕੁਚਲੇ ਲੋਕਾਂ ਨੂੰ ਜਿਹੜਾ ਉੱਠਣ ਦੀ ਜਿਹੜੀ ਤਾਕਤ ਦਿੱਤੀ ਉਹਨਾਂ ਦੀ ਅੱਜ ਜਨਮ ਦਿਨ ਦੇ ਉੱਤੇ ਅੱਜ ਅਸੀਂ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਇਹਨਾਂ ਦੀ ਸੋਚ ਇਹਨਾਂ ਦੀ ਪੜ੍ਹਾਈ ਲਿਖਾਈ ਇਹਨਾਂ ਦੀ ਉੱਚ ਸਿੱਖਿਆ ਸਾਡੇ ਲਈ ਇੱਕ ਪੂਰੇ ਭਾਰਤ ਵਾਸੀਆਂ ਲਈ ਕਿ ਪੂਰੇ ਇਹ ਧਰਤੀ ਦੇ ਉੱਤੇ ਜਿੰਨੇ ਵੀ ਬਸਨੀਕ ਨੇ ਸਾਰਿਆਂ ਲਈ ਇੱਕ ਕਹੋ ਕਿ ਇੱਕ ਇਨਕਲਾਬੀ ਸੋਚ ਦਬੇ ਕੁਚਲੇ ਲੋਕਾਂ ਦੇ ਲਈ ਜੋ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਸਾਰਿਆਂ ਲਈ ਇੱਕ ਪ੍ਰੇਰਨਾ ਸਰੋਤ ਨੇ ਸਾਡੇ ਲਈ ਔਰ ਅਸੀਂ ਹਮੇਸ਼ਾ ਇਹਨਾਂ ਦਾ ਸਿਰ ਝੁਕਾ ਕੇ ਇਹਨਾਂ ਨੂੰ ਜਿਹੜਾ ਸਲਾਮ ਕਰਦੇ ਹਾਂ ਕਿ ਇਹਨਾਂ ਨੇ ਇੱਕ ਭਾਰਤ ਦੇ ਸੰਵਿਧਾਨ ਨੂੰ ਅਤੇ ਕਾਨੂੰਨ ਨੂੰ ਅਤੇ ਦੱਬੇ ਕੁਚਲੇ ਲੋਕਾਂ ਦੀ ਇਹਨਾਂ ਨੇ ਬਾਹ ਫੜੀ ਤੇ ਤਾਂ ਕਿ ਜਿਹੜਾ ਭਾਰਤ ਦੇ ਵਿੱਚ ਆਮ ਜਿਹੜੇ ਲੋਕ ਸੀਗੇ ਜਿਹੜੇ ਦੱਬੇ ਕੁਚਲੇ ਲੋਕ ਸੀ ਉਹਨਾਂ ਉੱਤੇ ਜਦੋਂ ਬਹੁਤ ਜ਼ਿਆਦਾ ਤਸ਼ੱਦਦ ਹੁੰਦਾ ਸੀਗਾ ਤੇ ਕਾਨੂੰਨ ਦੇ ਮੁਤਾਬਿਕ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਦਿੱਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਾਰਤ ਦੇਸ਼ ਹੈਗਾ ਆ ਉਹ ਉਸ ਕਾਨੂੰਨਾਂ ਦੇ ਅਨੁਸਾਰ ਜਿਹੜੇ ਦੱਬੇ ਕੁਚਲੇ ਲੋਕ ਜਿਹੜੇ ਹੈਗੇ ਨੇ ਉਨਾਂ ਲਈ ਵੱਤ ਵੱਦ ਜਿਹੜਾ ਸਾਥ ਦੇ ਵਿੱਚ ਕਾਨੂੰਨ ਬਣਾਇਆ ਉਹਨਾਂ ਨੇ ਇਸ ਕਰਕੇ ਇਹਨਾਂ ਲਈ ਅੱਜ ਅਸੀਂ ਜਨਮ ਦਿਤੇ ਇਹਨਾਂ ਨੂੰ ਸਮਰਪਿਤ ਕਰਦੇ ਆਂ ਤੇ ਅਸੀਂ ਕੋਸ਼ਿਸ਼ ਇਹ ਕਰਦੇ ਆਂ ਕਿ ਜਿੰਨੇ ਵੀ ਲੋਕ ਨੇ ਭਾਰਤ ਦੇ ਵਿੱਚ ਪੂਰੇ ਸਾਡੇ ਕਪੂਰਥਲਾ ਚਾਹੇ ਪੰਜਾਬ ਦੇ ਲੋਕ ਸਾਰਿਆਂ ਨੂੰ ਅਸੀਂ ਇਹਨਾਂ ਦੀ ਸੋਚ ਦੇ ਮੁਤਾਬਿਕ ਉਹ ਉਹਨਾਂ ਨੂੰ ਜਿਹੜਾ ਪ੍ਰੇਰਣਾ ਦੇਈਏ ਜੀ ਧੰਨਵਾਦ ਜੀ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ